सब्सक्राइब करो दिव्या पंजाब टीवी अते बैल आइकन प्रेस करो नवियां अते ताजियां खबरां वेखण लई। अमृतसर दे मकबूलपुरा चौंक चुंगे दे कोल बनी इमारत अते इस दा निर्माण विवादा दे विच है। दरअसल नगर सुधार ट्रस्ट दा दावा है कि जमीन ट्रस्ट दी मालकी है, जदों कि वक्फ बोर्ड ने इस नूं अपनी प्रॉपर्टी मानदे होए इस नूं अगे किराए ते दे दित्ता है। हालांकि विवाद इस समय अदालत दे विच विचाराधीन है, पर वक्फ बोर्ड ने ही किराएदारां ते शर्त लाई सी कि वह किसी भी कंपीटेंट अथॉरिटी तो इजाजत लए बिना कोई निर्माण नहीं करवा सकते। पर इस कॉलेज की मरम्मत होंदे देख अज इंप्रूवमेंट ट्रस्ट के अधिकारियों ने पुलिस फोर्स के नाल इन्हां दुकानां ते चल रहे काम नूं रुकवाउण दे लई पहुंची। तां साबका डिप्टी मेयर दे पुत्तर दे वल्लों ट्रस्ट के अधिकारियों के नाल तू तू मैं मैं कीती गई। इस दौरान मौके ते पहुंचे पुलिस अधिकारियों ने भी हरपिंदर सिंह नूं कहा कि वह सलीके दे नाल गलबात करन, पर जदों तू तू मैं वध गई तां ट्रस्ट दा अमला दुकानां दे बाहर तो ही मलबा साफ करके वापस चला गया। ट्रस्ट दे अधिकारी रवि ने कहा कि मामला अदालत दे विच है ते स्टे दे कारण ना ते वह इस नूं जबरदस्ती इत्थों हटा सकदा है अते ना ही इह लोग कोई निर्माण कर सकदे ने, पर अज उत्थे कथित तौर ते काम रुकाउण दे लई रोकिया गया तां उस दे नाल झगड़ा भी किया गया ते वह हुण इस संबंध विच पुलिस दे विच शिकायत दर्ज करवाउणगे। ਭਾਈ ਥੋੜਾ ਪਿੱਛੇ ਆ ਜਾਓ ਪਿੱਛੇ ਆ ਜਾਓ ਕਾਰਵੀ ਦਾ ਮੈਟਰ ਕੋਰਟ ਵਿੱਚ ਹੈਗਾ ਵੈ ਤੇ ਇਹਨਾਂ ਨੂੰ ਆਰਡਰ ਨੇ ਕਿ ਵੀ ਫਰਦਰ ਅੱਗੇ ਕੋਈ ਕੰਮ ਨਾ ਕਰਨ, ਇਹਨਾਂ ਨੇ ਜਿਹੜਾ ਮਟੀਰੀਅਲ ਇਕੱਠਾ ਕੀਤਾ ਸੀ ਕੰਮ ਕਰਾਉਣ ਵਾਸਤੇ ਉਹ ਕੰਮ ਬੰਦ ਕਰਾਉਣ ਆਏ ਜੀ। ਸਮਾਨ ਉਹਨੇ ਚੁੱਕਿਆ ਜੀ, ਤੁਹਾਡੇ ਸਾਹਮਣੇ ਲੜਾਈ ਝਗੜਾ ਕਰਦੇ ਪਏ ਨੇ ਜੀ, ਪੁਲਿਸ ਦੇਖੋ ਨਾ ਆਪਣਾ ਕੀ ਕਾਰਵਾਈ ਕਰਦੀ ਜੀ, ਆਪਾਂ ਲਿਖ ਕੇ ਭੇਜਾਂਗੇ ਜੀ ਇਹਨਾਂ ਨੂੰ। ਪਰ ਕੰਮ ਤਾਂ ਦੁਕਾਨਾਂ ਦੇ ਅੰਦਰ ਚੲਲਦਾ ਪਿਆ, ਦੁਕਾਨਾਂ ਇਸ ਵੇਲੇ ਬੰਦ ਹੈਗੀ ਨੀ, ਸਾਡੇ ਕੋਲ ਆਰਡਰ ਨੀ ਗਏ, ਬੰਦ ਦੁਕਾਨਾਂ ਤੋੜਨ ਦੇ ਆਰਡਰ ਨੀ ਗਏ ਜੀ। ਜਿਹੜੀ ਵਾਇਰਿੰਗ ਹੋ ਰਹੀ ਹੈ ਜਾਂ ਅੰਦਰ ਜਿਹੜਾ ਕੰਮ ਚੱਲ ਰਿਹਾ ਉਹਨੂੰ ਕਿਸ ਤਰ੍ਹਾਂ ਰੋਕੋਗੇ? ਉਹ ਥਰੂ ਕੋਰਟ ਆਰਡਰ ਲੈ ਕੇ ਫਿਰ ਕਰਾਂਗੇ ਜੀ ਆਪਾਂ। ਕੋਰਟ ਦਾ ਆਰਡਰ ਆਲਰੇਡੀ ਹੈਗਾ ਹੀ ਹੈ ਕੋਰਟ ਤੇ ਜਿਹੜਾ ਸਰ ਅੱਜ ਜਿਹੜਾ ਆਰਡਰ ਹੈਗਾ ਸੀ ਕੋਰਟ 'ਚ ਇਹਨਾਂ ਨੂੰ ਇੰਟਰਿਮ ਰਿਲੀਫ ਮਿਲਿਆ ਹੋਇਆ ਕਿ ਵੀ ਇਹ ਫਰਦਰ ਕੰਮ ਨਹੀਂ ਕਰਨਗੇ ਤੇ ਅਸੀਂ ਇਹਨਾਂ ਨੂੰ ਧੱਕੇ ਨਾਲ ਡਿਸਪੋਜੈਸ਼ ਨਹੀਂ ਕਰਾਂਗੇ ਜੀ। ਠੀਕ ਹੈ ਫਿਰ ਸਰ ਦੇਖੋ ਮੈਟਰ ਕੋਰਟ 'ਚ ਹੈਗਾ ਵੈ ਤੇ ਅਸੀਂ ਕੋਰਟ ਦੇ ਵੀ ਜੋ ਰੂਲ ਰੈਗੂਲੇਸ਼ਨ ਨੇ ਉਹਨੂੰ ਲੈ ਕੇ ਫਿਰ ਆਪਣਾ ਕੰਮ ਕਰਾਂਗੇ। ਅਸੀਂ ਇਹਨਾਂ ਜਿਹੜਾ ਫਰਦਰ ਅੱਗੇ ਕੰਮ ਨਾ ਕਰਨ ਉਹ ਬੰਦ ਕਰਾਉਣਾ, ਜਿਹੜਾ ਸਮਾਨ ਪਿਆ ਉਹ ਚੁੱਕਣਾ ਇਹਨਾਂ ਦੇ। ਸੋ ਐਫ ਆਈ ਆਰ ਸਰ ਲਿਖ ਕੇ ਭੇਜੀ ਜੀ ਇਹਨਾਂ ਨੂੰ ਉਹਨਾਂ ਨੂੰ ਜਾ ਕੇ ਦਫ਼ਤਰ ਨਵੀਂ ਕਾਰਵਾਈ ਦੇਵਾਂਗੇ ਜੀ ਆਪਾਂ ਜੀ। ਮੇਰੇ ਕੋਲ ਪੁਲਿਸ ਵੀ ਆਪਣੀ ਕਾਰਵਾਈ ਕਰ ਸਕਦੀ ਜੀ, ਪੁਲਿਸ ਦੀ ਪ੍ਰੈਜੈਂਸ ਤੇ ਸਭ ਕੁਝ ਹੋਇਆ ਵਾ। ਦੇਖੋ ਜੋ ਰਿਟਰਨ ਕਾਰਵਾਈ ਕੀ ਕਰਾਂਗੇ ਜੀ, ਮੈਂ ਆਪਣੇ ਸੀਨੀਅਰ ਇੰਟੀਮੇਟ ਕਰਾਂਗਾ ਜੀ, ਅੱਗੇ ਦੇਖਾਂਗੇ ਫਿਰ ਕੀ ਕਾਰਵਾਈ ਕਰਦੇ ਜੀ। ਦੇਖੋ ਮੈਂ ਤੇ ਕੋਈ ਪਰਸਨਲੀ ਕਰਨਾ ਹੈ ਜੀ, ਮੇਰੀ ਡਿਊਟੀ ਹੈ, ਜੋ ਮੇਰੀ ਡਿਊਟੀ ਹੈ, ਜੋ ਮੈਨੂੰ ਆਰਡਰ ਹੋਇਆ ਇਹਨੇ ਮੈਂ ਕੰਮ ਕੀਤਾ। ਠੀਕ ਹੈ ਕਿਹੜਾ ਕੋਈ ਤੁਹਾਡੇ ਸਾਹਮਣੇ ਹੀ ਹੈ ਜੀ, ਅਗਲੇ ਲੜਨ ਨੂੰ ਪੈਂਦੇ ਜੀ ਨਹੀਂ ਜੀ, ਮੈਟਰ ਕੋਰਟ 'ਚ ਹੈਗਾ, ਇਸ ਕਰਕੇ ਡਿਊਰ ਆਪਣੇ ਲੋ ਅਫਸਰ ਨਾਲ ਸਲਾਹ ਕਰਕੇ ਜੋ ਕਾਰਵਾਈ ਕੀ ਕਰਾਂਗੇ ਜੀ ਆਪਾਂ। ਬਸ ਪਲੀਜ਼ ਥੈਂਕ ਯੂ ਠੀਕ ਹੈ ਜੀ, ਸਾਡੇ ਨਾਲ ਇਹਨਾਂ ਦੀ ਕੋਈ ਗੱਲਬਾਤ ਨਹੀਂ ਗੀ। ਜਿਹੜਾ ਨਕਸ਼ਾ ਪਾਸ ਕਰਨਾ ਇਹ ਅਥਾਰਟੀ ਨਹੀਂ, ਇਹ ਨਕਸ਼ਾ ਪਾਸ ਕਰਨ ਵਾਲੇ ਨਹੀਂ ਗੇ, ਨਕਸ਼ਾ ਸਾਡੇ ਵੱਲੋਂ ਪਾਸ ਹੋਇਆ, ਵਕਫ ਬੋਰਡ ਦੀ ਜ਼ਮੀਨ ਆ, ਵਕਫ ਬੋਰਡ ਤੋਂ ਉਹਨੂੰ ਲੀਜ਼ 'ਤੇ ਲਈ, ਅਸੀਂ ਸਾਡੇ ਬੇਟੇ ਨੇ ਮੇਰੇ ਨੇ ਲੀਜ਼ 'ਤੇ ਲਈ। ਨਕਸ਼ਾ ਪਾਸ ਬੋਰਡ ਵੱਲੋਂ ਹੋਇਆ ਹੈ, ਵਕਫ ਬੋਰਡ ਵੱਲੋਂ। ਮੇਰੀ ਇੱਕ ਗੱਲ ਸੁਣੋ ਨਾ, ਜਿਹਦੀ ਪਾਵਰ ਹੋ ਗਈ ਅਸੀਂ ਉਹਦੇ ਕੋਲ ਕਰਾ ਲਾਂਗੇ, ਸਾਨੂੰ ਪੈਨਲਟੀ ਪਾ ਦੂਗਾ, ਉਹ ਪਾ ਸਕਦੇ ਪੈਨਲਟੀ ਪਾਸ ਦੇ ਪਾਸ।
ਮੇਰੀ ਗੱਲ ਸਮਝ, ਇਲੀਗਲੀ ਦੀ ਗੱਲ ਨਹੀਂ ਹੁੰਦੀ, ਜਿਹੜੀ ਇਲੀਗਲੀ ਦੀ ਗੱਲ ਨਹੀਂ ਹੁੰਦੀ। ਜੇ ਸਰਕਾਰ ਵੱਲੋਂ ਵੀ ਇਹ ਨੋਟੀਫਿਕੇਸ਼ਨ ਵੀ ਹੋਇਆ ਵਾ ਵੀ ਜਿਹੜੀਆਂ ਨਕਸ਼ਾ ਪਾਸ ਨਹੀਂ ਗਿਆ ਹੋਈਆਂ ਉਹ ਉਹਨਾਂ ਨੂੰ ਜੁਰਮਾਨਾ ਪਾ ਕੇ ਵੀ ਕਰ ਸਕਦੇ ਹਾਂ। ਕਿਉਂ ਨਜਾਇਜ਼ ਬਣਾਈਆਂ? ਅਸੀਂ ਜਾਇਜ਼ ਬਣਾਈਆਂ, ਅਸੀਂ ਨਜਾਇਜ਼ ਕਿਉਂ ਬਣਾਈਆਂ? ਅਸੀਂ ਜਾਇਜ਼ ਬਣਾਈਆਂ ਆਪਣੇ, ਅਸੀਂ ਵਕਫ ਤੁਸੀਂ ਇੱਥੇ ਸਾਹਮਣੇ ਜੇ ਨਾ ਕਿਹਨੂੰ ਧਮਕਾ ਦੇ ਕਿਹਨੂੰ ਡਰਾਇਆ, ਤੁਸੀਂ ਸਾਹਮਣੇ ਜੇ ਇੱਥੇ ਸਾਹਮਣੇ ਜੇ ਉਹ ਕਈ ਜਾਣ ਫਿਰ ਕਿਹੜੀ ਗੱਲ? ਉਹ ਹੋ ਮੇਰੀ ਗੱਲ ਸਮਝੋ, ਉਹਨਾਂ ਦੇ ਕਹਿਣ ਤੇ ਕਿਹੜੀ ਗੱਲ ਆ? ਉਹਨਾਂ ਨੇ ਸਾਨੂੰ, ਉਹਨਾਂ ਨੇ ਸਾਨੂੰ ਕਈ ਵਾਰੀ ਧਮਕਾਇਆ, ਉਹਨਾਂ ਕਈ ਵਾਰ ਤੁਹਾਡੇ ਸਾਹਮਣੇ ਇੱਥੇ ਧਮਕਾਉਣ ਡੇ। ਬਠਿੰਡਾ ਜੀ ਤੁਸੀਂ ਐਡੇ ਰਾਜਨੀਤੀ ਜੀ ਤੁਹਾਡਾ ਅੱਛਾ ਕਰਦਾ, ਲੇਕਿਨ ਤੁਸੀਂ ਦੁਕਾਨ ਨਾ ਬਣਾਉਣ ਤੋਂ ਪਹਿਲੇ ਨਕਸ਼ਾ ਕਿਉਂ? ਪਰ ਮੇਰੀ ਇੱਕ ਬੇਨਤੀ ਸੁਣੋ, ਮੈਂ ਤੁਹਾਨੂੰ ਇੱਕ ਬੇਨਤੀ ਕਰਨ ਡਿਆ ਵੀ ਨਕਸ਼ਾ ਸਾਡਾ ਆਹੋ ਦੇ ਸਕਦਾ। ਇਹ ਜਿਹੜੀ ਜ਼ਮੀਨ ਹੈ ਨਾ, ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ, ਲੀਜ਼ ਮੇਰੇ ਨਾਂ ਤੇ ਹੋ ਗਈ, ਠੀਕ ਹੈ ਜੀ। ਇਹ ਜ਼ਮੀਨ ਜਿਹੜੀ ਆ ਇਹ ਚਾਹ ਬਨੂਸ਼ੀ ਆ, ਚਾਹ ਬਨੂਸ਼ੀ ਜ਼ਮੀਨ ਹੈ, ਜਿਹੜੀ ਪ੍ਰੋਪਰਟੀ ਹੈ ਨਾ ਜ਼ਮੀਨ ਦੀ ਚਾਹ ਬਨੂਸ਼ੀ ਆ। ਜਿਹੜੀ ਨਕਸ਼ੇ ਦੀ ਗੱਲ ਕਰਨ ਦੇ ਆ ਨਾ, ਜਿਹੜੀ ਚਾਹ ਬਨੂਸ਼ੀ ਜ਼ਮੀਨ ਹੁੰਦੀ ਆ ਵਕਫ ਬੋਰਡ ਦੀ ਜ਼ਮੀਨ ਹੈ, ਵਕਫ ਬੋਰਡ ਦੀ ਜ਼ਮੀਨ ਆ। ਉਹਦੇ ਵਿੱਚ ਇਹ ਕਿਸੇ ਵੀ ਅਥਾਰਟੀ ਕੋਲ, ਚਾਹੇ ਉਹ ਕਾਰਪੋਰੇਸ਼ਨ ਆ ਚਾਹੇ ਉਹ ਇੰਪਰੂਵਮੈਂਟ ਟਰੱਸਟ ਆ, ਉਹਦੇ ਕੋਲ ਜ਼ਮੀਨ ਨਹੀਂ ਹੁੰਦੀ। ਜਿਵੇਂ ਕਬਰਾਂ ਹੋ ਗਈਆਂ, ਜਿਵੇਂ ਕੋਈ ਮਸੀਤ, ਮੈਂ ਤੁਹਾਨੂੰ ਉਹੀ ਸਵਾਲ ਦਾ ਜਵਾਬ ਦੇਣ ਦਿਆਂ। ਉਹਦੇ ਵਿੱਚ ਇਹ ਚਾਹ ਬਨੂਸ਼ੀ ਜ਼ਮੀਨ ਹੈ ਜਿਹਦੇ ਵਿੱਚ ਕੋਈ ਵੀ ਲੋਕਲ ਬੋਡੀ ਇੰਟਰਫੇਰੈਂਸ ਨਹੀਂ ਕਰ ਸਕਦੀ। ਜਿਹੜੀ ਇਹ ਕਹਿਣ, ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਜੀ ਸਾਡਾ ਨਕਸ਼ਾ ਪਾਸ ਕਰੋ, ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ, ਇਹ ਨਹੀਂ ਕਰਦੇ ਜੀ ਜ਼ਮੀਨ ਸਾਡੀ ਆ, ਤਾਂ ਕਿ ਜਿਹਨਾਂ ਕੋਲ ਕੋਈ ਹੈ ਨਹੀਂ ਆ, ਕੋਰਟ ਦੇ ਵਿੱਚ ਕਾਗਜ਼ ਨਹੀਂ ਪੇਸ਼ ਕਰ ਸਕੇ। ਇਹ ਹੁਣ ਜੇ ਆ ਜਾਣ ਜਾਣ ਕੇ ਸਾਡੇ ਨਾਲ ਪੰਗਾ ਲੈਂਦੇ ਆ। ਲੋਅਰ ਕੋਰਟ 'ਚ ਕੇਸ ਨਹੀਂ ਜਿੱਤਿਆ ਕੋਈ ਵੀ, ਉਹ ਦਿਖਾਉਣ ਕਾਗਜ਼ ਕੋਲ, ਲੋਅਰ ਕੋਰਟ ਨੇ ਐਪਲੀਕੇਸ਼ਨ ਜਿਹੜੀ ਆ ਉਹ ਸੈਸ਼ਨ ਕੋਰਟ ਵਿੱਚ ਦਿੱਤੀ ਆ, ਕੇਸ ਨਹੀਂ ਜਿੱਤਿਆ ਕੋਈ ਇਹਨਾਂ ਨੇ। ਮੇਰੀ ਗੱਲ ਸੁਣੋ, ਉਹ ਜਿਹੜੀ ਲੋਅਰ ਕੋਰਟ ਵਿੱਚੋਂ ਸਟੇਅ ਦੀ ਐਪਲੀਕੇਸ਼ਨ ਖਾਰਜ ਨਹੀਂ ਹੋਈ, ਉਹੀ ਐਪਲੀਕੇਸ਼ਨ ਹਜੇ ਵੀ ਚੱਲਦੀ ਪਈ ਆ, ਜਿਹੜੀ ਤਰੀਕ 19 ਤਰੀਕ ਆ। ਮੇਰੀ ਗੱਲ ਸੁਣੋ ਜੀ, ਮੈਂ ਲੈਟਰਾਂ ਇਹਨਾਂ ਦੇ ਆਫਿਸ ਦਿੱਤੀਆਂ ਆ, ਠੀਕ ਹੈ ਜੀ। ਇਹ ਅੱਗੋਂ ਕਹਿੰਦੇ ਨੇ ਜੀ ਜ਼ਮੀਨ ਸਾਡੀ ਆ, ਮੈਂ ਕਿਹਾ ਜੀ ਕਾਗਜ਼ ਦਿਖਾਓ। ਇਹਨਾਂ ਨੇ ਕਿਹਾ ਜੀ 1988 ਚ ਅਸੀਂ ਕਬਜ਼ਾ ਲਿਆ ਆ। 1988 ਦਾ ਕਬਜ਼ੇ ਤੋਂ ਬਾਅਦ ਦੋ ਵਾਰੀ ਇਹ ਜ਼ਮੀਨ ਨੋਟੀਫਾਈ ਹੋ ਚੁੱਕੀ ਆ। ਪਹਿਲਾਂ ਨੋਟੀਫਾਈ 1994 ਚ ਕੀਤੀ ਆ, ਇਹ ਜਿਹੜੀ ਆ ਸੈਂਟਰ ਗੌਰਮੈਂਟ ਨੇ ਵਕਫ ਬੋਰਡ ਦੀ, ਸੁਣੋ। ਫਿਰ ਇਹਨੂੰ 2007 ਦੇ ਵਿੱਚ ਪੰਜਾਬ ਗੌਰਮੈਂਟ ਨੋਟੀਫਾਈ ਕੀਤਾ ਵਕਫ ਬੋਰਡ ਦੀ ਜ਼ਮੀਨ। ਜਦੋਂ ਨੋਟੀਫਿਕੇਸ਼ਨ ਹੋ ਚੁੱਕੀ ਆ, ਇਹ ਜ਼ਮੀਨ ਕਿੱਦਾਂ ਇਹਨਾਂ ਦੀ ਹੋ ਜੂਗੀ? ਹੁਣ ਨਕਸ਼ੇ ਦਾ ਸਰ ਮੈਂ ਤੁਹਾਨੂੰ ਕਹਿਣਾ ਜੀ, ਮੈਂ ਜੀ ਇਹਨਾਂ ਨੂੰ ਕਈ ਵਾਰੀ ਫਾਈਲ ਦਿੱਤੀ ਹੈ, ਨਹੀਂ ਲੈਂਦੇ। ਕੋਰਟ ਚ ਗਏ ਹੁਣ, ਬਿਲਕੁਲ ਕੋਰਟ ਚ, ਹੁਣ ਕੋਰਟ ਚ ਲਾਈ ਆ ਫਾਈਲ ਜੀ ਸਾਡਾ ਨਕਸ਼ਾ ਪਾਸ। ਪਹਿਲਾਂ ਇਹ ਕਿਉਂ ਸਾਨੂੰ ਨਿਆਂ ਨਹੀਂ ਦਿੰਦੇ ਭਾਈ? ਜਦੋਂ ਜ਼ਮੀਨ ਇਹਨਾਂ ਦੀ ਨਹੀਂ ਆ, ਜਦੋਂ ਜ਼ਮੀਨ ਹੈਗੀ ਆ ਵਕਫ ਬੋਰਡ ਦੀ, ਤੁਸੀਂ ਲਾਅ ਨੂੰ ਫੋਲੋ ਕਰੋ। ਵਕਫ ਬੋਰਡ ਦੀ ਜ਼ਮੀਨ ਨੂੰ ਕੋਈ ਵੀ ਕਿਸੇ ਵੀ, ਜੇ ਇਹ ਕਹਿੰਦੇ ਆ ਨੀ ਹਾਊਸਿੰਗ ਲਾਈਨ ਦੇ ਵਿੱਚ ਆ, ਇਹ ਕਿਸੇ ਲਾਈਨ ਦੇ ਵਿੱਚ ਲੈ ਨਹੀਂ ਸਕਦੇ। ਹਾਂਜੀ, ਮੈਂ ਤੁਹਾਨੂੰ ਉਹੀ ਵਾਰ ਵਾਰ ਰਿਕੁਐਸਟ ਕਰਦਿਆਂ ਜੀ, ਇਹ ਮੈਂ ਤੁਹਾਨੂੰ ਕਹਿਣਾ, ਜਦੋਂ ਮੇਰੇ ਕੋਲ ਜਾਣਾ ਨਹੀਂ ਕਰਦੇ, ਇਹ ਕੋਈ ਨਿਆਂ ਨਹੀਂ ਦਿੰਦੇ ਸਾਨੂੰ। ਸਰ ਤੁਸੀਂ ਵਕਫ ਬੋਰਡ ਦੀ ਜ਼ਮੀਨ ਜਦੋਂ ਲਿਖੀ, ਉਹਦੇ ਆਰਡਰ ਸਾਫ ਲਿਖਿਆ ਹੈ ਕਿ ਇਹਦਾ ਜਿਹੜਾ ਨਕਸ਼ਾ ਕਿਸੇ ਕੰਪੀਟੈਂਟ ਅਥਾਰਟੀ ਵੱਲੋਂ ਪਾਸ ਕਰਾਇਆ। ਮੈਂ ਮੰਨਦਾ ਤੁਹਾਡੀ, ਮੇਰੀ ਗੱਲ ਸੁਣੋ, ਜਦੋਂ ਇਹਨਾਂ ਕੋਲ ਜਾਈਦਾ ਇਹ ਸਾਨੂੰ ਨਹੀਂ ਜਵਾਬ, ਕੋਈ ਹੱਥ ਪਲਾ ਨਹੀਂ ਫੜਾਉਂਦੇ, ਅਸੀਂ ਉੱਥੇ ਕੀ ਕਰੀਏ ਦੱਸੋ ਮੈਨੂੰ? ਜਿਹੜੀ ਕਰਦੇ ਨੇ ਜੀ, ਤੁਸੀਂ ਧਮਕੀਆਂ ਲਾਈਆਂ ਉਹਨਾਂ ਨੂੰ, ਕਿ ਅਸੀਂ ਤੁਹਾਨੂੰ, ਤੁਸੀਂ ਇੱਥੇ ਜੇ ਕਿਹੜੀ ਧਮਕੀ ਲਾਈ ਮੈਨੂੰ ਇਹ ਦੱਸ ਦਿਓ। ਤੁਸੀਂ ਇੱਥੇ ਜੇ ਤੁਹਾਡੇ ਸਾਹਮਣੇ ਕਿਹੜੀ ਧਮਕੀ ਲਾਈ ਮੈਨੂੰ ਇਹ ਦੱਸੋ। ਇਹ ਜੋ ਮੇਰੀ ਗੱਲ ਸੁਣੋ ਨਾ, ਜੋ ਮਰਜ਼ੀ ਕੋਈ ਕਹੀ ਜਾਵੇ ਉਹ ਚ ਮੈਂ ਕਹਿੰਦਾ ਮੈਨੂੰ ਜਾਣ ਦੀ ਧਮਕੀ ਦਿੰਦੇ ਆ ਸਰ। ਮੇਰੀ ਗੱਲ ਸੁਣੋ, ਇਹਨਾਂ ਨੂੰ ਦਿਖਾਓ ਉਹਨਾਂ ਨੂੰ ਕੋਈ ਕਿਹੜੀ ਨਵੀਂ ਵਾਇਰਿੰਗ ਕੀਤੀ ਉਹਨਾਂ ਨੇ। ਉਹ ਮੈਂ ਤੇ ਆਇਆ ਹੀ ਨਹੀਂ ਜੀ, ਮੈਂ ਤੇ ਅੱਜ ਆਇਆ ਇੱਥੇ, ਮੈਂ ਤੇ ਇੱਥੇ ਬਿਨਾ ਉਹ ਤੇ ਮੇਰਾ ਤੇ ਵੇਖੋ ਜੀ, ਉਹਨਾਂ ਦੇ ਦੁਕਾਨਾਂ ਦੀ ਮੇਰੇ ਕੋਲ ਲੀਜ਼ ਹੈ ਹੀ ਨਹੀਂ ਆ, ਉਹ ਕਿਸੇ ਨੇ ਹੋਰ ਨੇ ਕਰਾ ਲਈ ਆ, ਠੀਕ ਹੈ ਜੀ। ਮੇਰੇ ਕੋਲ ਆਹ ਲੀਜ਼ ਹੈ ਤੇ ਉੱਪਰਲੀਆਂ 3 ਦੁਕਾਨਾਂ ਦੀ ਲੀਜ਼ ਹੈਗੀ ਇਸ ਟਾਈਮ, ਹਾਂਜੀ, ਬਾਕੀ ਜਿਹੜੀ ਉਹ ਮੇਰੇ ਕੋਲ ਕਿਸੇ ਦੀ ਲੀਜ਼ ਨਹੀਂ ਹੈਗੀ। ਅੰਮ੍ਰਿਤਸਰ ਤੋਂ ਅਮਨ ਮਾਹਲ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।